ਨਮਸਕਾਰ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਮੈਂ ਹਾਂਗੀ ਦੱਸ ਸਕਸੈਨਾ ਪਹਿਲਾ ਪੇਸ਼ ਨਹੀਂ ਚੁੰਦੀਆਂ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ SCO ਦੀ ਸਿਖਰ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਖੁਰਾਕ ਸੁਰੱਖਿਆ ਯਕੀਨੀ ਕਰਨ ਦੇ ਮਹੱਤਵ 'ਤੇ ਜ਼ੋਰ ਦਿੱਤਾ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਸਰਕਾਰ ਦੀ 6 ਮਹੀਨੇ ਅਧਿਕਾਰ ਗੁਜ਼ਾਰੇ ਨੂੰ ਜਨਤਾ ਦੇ ਜਨਾਂਦੇਸ਼ ਨਾਲ ਖੁੱਲੇआम ਧੋਖਾ ਦੱਸਿਆ ਜੰਪ ਪੋਰਟਲ ਦੀਆਂ ਨਵੀਆਂ ਵਿਸ਼ੇਸ਼ਤਾਵਾਂ ਬਾਰੇ ਜਾਗਰੂਕਤਾ ਲਿਆਉਣ ਦੇ ਮੰਤਵ ਨਾਲ ਵਿਕਰੇਤਾ ਸੰਵਾਦ ਅਭਿਆਨ ਤਹਿਤ ਚੰਡੀਗੜ੍ਹ ਵਿੱਚ ਸੈਮੀਨਾਰ ਦਾ ਆਯੋਜਨ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਦੋ ਖਤਰਨਾਕ ਸ਼ੂਟਰਾਂ ਨੂੰ ਕੀਤਾ ਗ੍ਰਿਫਤਾਰ ਤੇ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਰਾਕ ਸੁਰੱਖਿਆ ਯਕੀਨੀ ਕਰਨ ਦੇ ਮਹੱਤਵ ਤੇ ਜ਼ੋਰ ਦਿੰਦਿਆਂ ਕਿਹਾ ਹੈ ਕਿ ਇਸ ਸੰਬੰਧ ਵਿੱਚ ਸ਼ੰਗਾਈ ਸਹਿਯੋਗ ਸੰਗਠਨ ਦੀ ਅਹਿਮ ਭੂਮਿਕਾ ਹੈ। ਉਜ਼ਬੇਕਿਸਤਾਨ ਦੇ ਸਮਰਕੰਦ ਵਿੱਚ ਸ਼ੰਗਾਈ ਸਹਿਯੋਗ ਸੰਗਠਨ ਦੇ ਆਗੂਆਂ ਦੀ ਬਾਈਨਲ ਸਿਖਰ ਕਾਨਫਰੰਸ ਵਿੱਚ ਹਿੱਸਾ ਲੈਂਦਿਆਂ ਪ੍ਰਧਾਨ ਮੰਤਰੀ ਨੇ ਅੱਜ ਇਹ ਗੱਲ ਆਖੀ। ਇਸ ਕਾਨਫਰੰਸ ਵਿੱਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ, ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਅਤੇ ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਸ਼ਾਅਕਤ ਮਿਰਜ਼ੀ ਯੋਯੇਵ ਵਿਹਸਾਲਾ ਰਹੇ ਨੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸੰਗਠਨ ਦੇ ਮੈਂਬਰ ਦੇਸ਼ਾਂ ਵਿਚਾਲੇ ਭਾਰਤ ਆਪਸੀ ਵਿਸ਼ਵਾਸ ਅਤੇ ਸਹਿਯੋਗ ਵਿੱਚ ਭਰੋਸਾ ਕਰਦਾ ਹੈ ਉਨ੍ਹਾਂ ਕਿਹਾ ਕਿ ਸੰਗਠਨ ਨੂੰ ਲਚੀਲੀ ਅਤੇ ਵਾਖਵਾਖਤਰਾਂ ਦੀ ਸਪਲਾਈ ਲੜੀ ਬਣਾਉਣ ਦਾ ਯਤਨ ਕਰਨਾ ਚਾਹੀਦਾ ਹੈ ਜਿਸ ਵਿੱਚ ਮੈਂਬਰ ਦੇਸ਼ਾਂ ਵਿਚਾਲੇ ਬਿਹਤਰ ਸੰਪਰਕ ਅਤੇ ਆਉਣ ਜਾਣ ਦੇ ਅਧਿਕਾਰਾਂ ਦੀ ਜ਼ਰੂਰਤ ਹੈ ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਭਾਰਤ ਦੇ ਨੌਜਵਾਨ ਅਤੇ ਨੌਜਵਾਨ ਕਾਰਜਬਲ ਮੁਕਾਬਲਾ वाले ने सरकार नवी खोजा तकनोलॉजी केंद्रित विकास दे रही है मैन्युफैक्चरिंग हब बनाने पर प्रगति कर रहे हैं भारत का युवा और प्रतिभाशाली वर्कफोर्स को मैं स्वाभाविक रूप से कॉम्पिटेटिव बनाता है इस वर्ष भारत की अर्थव्यवस्था में 7.5 प्रतिशत वृद्धि की आशा है जो विश्व की बड़ी इकोनॉमीज में सबसे अधिक होगी हमारे पीपल सेंट्रिक डेवलपमेंट मॉडल में टेक्नोलॉजी के उचित उपयोग पर भी बहुत फोकस दिया जा रहा है हम प्रत्येक सेक्टर में इनोवेशन का समर्थन कर रहे हैं आज भारत में सत्तर हजार से अधिक स्टार्टअप्स हैं जिनमें से सौ से अधिक यूनिकॉन है हमारे ये अनुभव कई अन्य एस सदस्यों के भी काम आ सकता है इसी उद्देश्य से हम एक नए स्पेशल वर्किंग ग्रुप ऑन स्टार्टअप्स एंड इनोवेशन की स्थापना करके एस के सदस्य देशों के साथ अपना अनुभव साझा करने के लिए तैयार हैं। ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਅੰਬੇਡਕਰ ਐਂਡ ਮੋਦੀ ਰਿਫਾਰਮਸ ਆਈਡੀਆਜ਼ ਪਰਫਾਰਮੈਂਸ ਇੰਪਲੀਮੈਂਟੇਸ਼ਨ ਨਾਦੀ ਕਿਤਾਬ ਦੀ ਅੱਜ ਨਵੀਂ ਦੇਲੇ ਵਿੱਚ ਢੁਕਾਈ ਕੀਤੀ ਇਸ ਕਿਤਾਬ ਵਿੱਚ ਡਾਕਟਰ ਬੀ ਆਰ ਅੰਬੇਡਕਰ ਦੇ ਜੀਵਨ ਕਾਮ ਅਤੇ ਉਪਲਬਧੀਆਂ ਬਾਰੇ ਚੰਨਾ ਪਾਇਆ ਗਿਆ ਹੈ ਇਸ ਵਿੱਚ ਡਾਕਟਰ ਅੰਬੇਡਕਰ ਦੇ ਆਦਰਸ਼ਾਂ ਅਤੇ ਨਵੇਂ ਭਾਰਤ ਦੇ ਵਿਕਾਸ ਯਾਤਰਾ ਬਾਰੇ ਵੀ ਦੱਸਿਆ ਗਿਆ ਹੈ 12 ਅਧਿਆਇ ਵਾਲੀ ਇਸ ਕਿਤਾਬ ਵਿੱਚ ਬੁਨਿਆਦੀ ਢਾਂਚੇ ਸਿੱਖਿਆ ਸਮਾਜਿਕ ਆਰਥਿਕ ਗਤੀਸ਼ੀਲਤਾ ਅਤੇ ਆਤਮ ਨਿਰਭਰਤਾ ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ इस मौके ऐसी रामनाथ कोविंद ने कहा है कि डॉक्टर बाबा अंबेडकर के आत्म निर्भर भारत इंडिया फर्स्ट नजरिए मोदी जा रहे ने विजन को ही मोदी सरकार ने कार्य रूप दिया जिस प्रकार प्रधानमंत्री ने जनमानस को बाबा साहब के साथ जोड़ने का प्रयास किया है वो अपने आप में एक मिसाल है प्रधानमंत्री की पहल पर ही दिल्ली में अति आधुनिक सुविधाओं से संपन्न आम्बेडकर इंटरनेशनल सेंटर की स्थापना की गई सन 2015 में बाबा साहब के 125वीं जयंती वर्ष के दौरान प्रधानमंत्री ने 26 नवंबर के दिन को प्रतिवर्ष संविधान दिवस के रूप में मनाने का निर्णय लिया ये हमारे संविधान के प्रमुख शिल्पी के प्रति श्रद्धा व्यक्त करने की उनकी ऐतिहासिक पहल थी सूचना प्रसारण मंत्री अनुराग सिंह ठाकुर ने इस मौके ते कहा कि यह किताब बाबा साहब के आदर्शों समर्पित है प्रधानमंत्री मोदी समर्पण बल्कि भीमराव अंबेडकर जी के साकार होते सपनों का एक ऐसा दस्तावेज है जिसे कर्मयोगी प्रधानमंत्री नरेंद्र मोदी जी ने अपने भगीरथी प्रयासों से धरातल पर उतार कर दिखाया है भारत के संविधान के रूप में बाबा साहब के विचारों ने हमारे राष्ट्र की नींव रखी है और बाबा साहब का पूर्ण संपूर्ण जीवन जो है वो समानता मानवाधिकार और सामाजिक न्याय के लिए समर्पित रहा है 2014 में जनता के आशीर्वाद से पूर्ण बहुमत से प्रधानमंत्री नरेंद्र मोदी जी बने और आज हम गर्व के साथ कह सकते हैं कि बाबा साहब के सपनों का भारत आज पूरे आत्मविश्वास के साथ दुनिया की महाशक्तियों के साथ ਕਦਮ ਤਾਲ ਕਰ ਰਹਾ ਹੈ ਤਾਂ ਨਰਿੰਦਰ ਮੋਦੀ ਜੀ ਦੇ નેਤৃত্ব ਮੇ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਦਿੱਲੀ ਸਰਕਾਰ ਦੀ ਆਪਕਾਰੀ ਨੀਤੀ ਮਾਮਲੇ ਵਿੱਚ ਮਨੀ ਲਾਂਡਰਿੰਗ ਜਾਂਚ ਬਾਰੇ ਦਿੱਲੀ ਹైదరాబాద్ ਬੈਂਗਲੁਰੂ ਚੇਨਈ ਅਤੇ ਨੇਲੋਰ ਸਮੇਤ ਕਈ ਥਾਵਾਂ ਦੇ ਛਾਪੇਮਾਰੀ ਕੀਤੀ ਹੈ ਜਾਂਚ ਏਜੰਸੀ ਨੇ ਇਸ ਮਹੀਨੇ ਪਹਿਲਾਂ ਵੀ ਛਾਪੇਮਾਰੀ ਕੀਤੀ ਸੀ ਕੇਂਦਰੀ ਜਾਂਚ ਬਿਊਰੋ ਦੀ ਐਫ ਆਈ ਆਰ ਦੇ ਆਧਾਰ ਤੇ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਇਹ ਮਾਮਲਾ ਦਰਜ ਕੀਤਾ ਹੈ ਸੀਬੀਆਈ ਨੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਸਮੇਤ 15 ਲੋਕਾਂ ਦੇ ਐਫ ਆਈ ਆਰ ਦਰਜ ਕੀਤੀ ਹੈ ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸੱਕਰ ਤਰਨ ਚੁੱਗ ਨੇ ਕਿਹਾ ਹੈ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ 6 ਮਹੀਨਿਆਂ ਦਾ ਕਾਰਜਕਾਲ ਜਨਤਾ ਦੇ ਜਨ ਆਦੇਸ਼ ਨਾਲ ਖੁੱਲੇਆਮ ਧੋਖਾ ਹੈ ਚੰਡੀਗੜ੍ਹ ਤੋਂ ਅੱਜ ਜਾਰੀ ਇੱਕ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਸਰਕਾਰ ਨਾ ਸਿਰਫ ਸਾਰੇ ਮੋਰਚਿਆਂ ਤੇ ناکਾਮ ਰਹੀਏ ਬਲਕਿ ਉਸ ਦਾ ਸ਼ਾਸਨ ਸਰਹੱਦੀ ਸੂਬਿਆਂ ਵਿੱਚ ਕੌਮੀ ਖਤਰਾ ਵੀ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਕਿਤੇ ਕਿਸੇ ਵੀ ਵਾਅਦੇ ਨੂੰ ਪੂਰਾ ਨਹੀਂ ਕੀਤਾ ਗਿਆ ਹੈ ਤੇ ਅਜਿਹੇ ਹਾਲਾਤ ਵਿੱਚ ਲੋਕ ਖੁਦ ਨੂੰ ਨਿਰਾਸ਼ ਮਹਿਸੂਸ ਕਰ ਰਹੇ ਨੇ। ਤਰुण चुਗ ਨੇ ਕਿਹਾ ਕਿ ਖਨਨ ਅਤੇ ਸ਼ਰਾਬ ਦੋਹਾਂ ਨੀਤੀਆਂ ਨੇ ਭਗਵਾਨ ਦਾ ਪਰਦਾ ਫਾਸ਼ ਕਰ ਦਿੱਤਾ ਹੈ। ਇਸ ਤੋਂ ਇਲਾਵਾ ਸੂਬੇ ਦਾ ਅਰਥ ਚਾਰਾ 20 ਵੱਧ ਤੋਂ ਵੱਧ ਹੋ ਗਿਆ ਹੈ ਅਤੇ ਮੁਲਾਜ਼ਮਾਂ ਤੱਕ ਨੋ ਸਮੇਤ ਤਨਖਾਹ ਨਹੀਂ ਮਿਲ ਰਹੀ ਹੈ। ਦੂਜੇ ਪਾਸੇ ਭਗਜਨ ਸਮਾਜ ਪਾਰਟੀ ਦੀ ਪੰਜਾਬ ਇਕਾਈ ਨੇ ਸੂਬਾ ਸਰਕਾਰ ਦੀਆਂ ਵਕਵਕ ਨੀਤੀਆਂ ਦੇ ਖਿਲਾਫ ਅੱਜ ਸੰਗਰੂਰ ਵਿੱਚ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ। ਪਾਰਟੀ ਦੇ ਪ੍ਰਧਾਨ ਜਸਵੀਰ ਸਿੰਘ ਗੜੀ ਨੇ ਕਿਹਾ ਕਿ ਪੰਜਾਬ ਵਿੱਚ ਮਜ਼ਦੂਰਾਂ, ਦਲਿਤਾਂ, ਪਛੜੇ ਵਰਗਾਂ ਅਤੇ ਘੱਟ ਗਿਣਤੀਆਂ ਦੀ ਦੁਰਗਤੀ ਹੋ ਰਹੀ ਹੈ। ਉਹਨਾਂ ਕਿਹਾ ਕਿ ਮਜ਼ਦੂਰਾਂ ਨੂੰ ਮਨਰੇਗਾ ਤਹਿਤ ਨਾ ਤਾਂ 100 ਦਿਨ ਦਾ ਕੰਮ ਮਿਲ ਰਿਹਾ ਹੈ ਤੇ ਨਾ ਹੀ ਸਰਕਾਰ ਵੱਲੋਂ ਤੈਅ ਕੀਤੀ ਗਈ ਦਿਹਾੜੀ। ਇਸ ਤੋਂ ਇਲਾਵਾ ਅਨੁਸਚਿਤ ਜਾਤੀਆਂ ਦੀ ਪੰਚਾਇਤੀ ਜ਼ਮੀਨ ਵਿੱਚ 1/3 ਹਿੱਸੇ ਦਾ ਹੱਕ ਮਾਰਿਆ ਜਾ ਰਿਹਾ ਹੈ। ਜਸਵੀਰ ਸਿੰਘ ਗੜੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਆਪਣੇ ਸੱਤ ਰਾਜ ਸਭਾ ਮੈਂਬਰਾਂ ਦੀ ਚੋਣ ਵਿੱਚ ਇੱਕ ਵੀ ਅਨੁਸਚਿਤ ਜਾਤੀ ਵਰਗ ਦਾ ਨੁਮਾਇੰਦਾ ਨਹੀਂ ਚੁਣਿਆ ਅਤੇ ਅਗਲੇ 6 ਸਾਲ ਤੱਕ ਅਨੁਸਚਿਤ ਜਾਤੀਆਂ ਲਈ ਰਾਜ ਸਭਾ ਦੇ ਦਰਵਾਜ਼ੇ ਬੰਦ ਕਰ ਦਿੱਤੇ ਨੇ। ਇਸ ਪ੍ਰਦਰਸ਼ਨ ਮਗਰੋਂ ਪਾਰਟੀ ਆਗੂਆਂ ਨੇ ਰਾਸ਼ਟਰਪਤੀ ਦਰਨਾ ਇੱਕ ਮੈਮੋਰੈਂਡਮ ਪ੍ਰਸ਼ਾਸਨਿਕ ਅਧਿਕਾਰੀ ਸੰਦੀਪ ਸਿੰਘ ਨੂੰ ਦਿੱਤਾ। ਵਿੱਦਿਆਪਰਤੀ ਦੀ ਜਲੰਧਰ ਵਿਖੇ ਚੱਲ ਰਹੀ ਕੌਮੀ ਕਾਰਜਕਾਰਨੀ ਦੀ ਮੀਟਿੰਗ ਦੇ ਅੱਜ ਦੂਜੇ ਦਿਨ ਰਾਸ਼ਟਰੀ ਸਿੱਖਿਆ ਨੀਤੀ 2020 ਤੇ ਚਰਚਾ ਚੱਲਦੀ ਰਹੀ ਕੌਮੀ ਸੰਗਠਨ ਮੰਤਰੀ ਗੋਵਿੰਦ ਮਹਾਤ ਨੇ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ 2020 ਦਾ ਸਾਰੀਆਂ ਥਾਵਾਂ ਤੇ ਸਵਾਗਤ ਕੀਤਾ ਗਿਆ ਉਨਾ ਕਿਹਾ ਕਿ ਪਿਛਲੇ 70 ਵਰਿਆਂ ਵਿੱਚ ਪਹਿਲੀ ਵਾਰ ਅਜਿਹੀ ਸਿੱਖਿਆ ਨੀਤੀ ਆਈ ਹੈ ਜਿਸ ਨਾਲ ਦੇਸ਼ ਵਿੱਚ ਸਵੈਮਾਨ ਦਾ ਨਿਰਮਾਣ ਹੋਵੇਗਾ ਇਸ ਨੀਤੀ ਨੂੰ ਲਾਗੂ ਕਰਵਾਉਣ ਲਈ ਵਿਦਿਆਪਾਰਤੀ ਨੂੰ ਅੱਗੇ ਆ ਕੇ ਕੰਮ ਕਰਨਾ ਹੋਵੇਗਾ ਗੋਬਿੰਦ ਮਹਾਂਤ ਨੇ ਕਿਹਾ ਕਿ ਸਰਕਾਰੀ ਅਤੇ ਨਿੱਜੀ ਸਕੂਲਾਂ ਨੂੰ ਨਾਲ ਲੈ ਕੇ ਚੱਲਣਾ ਹੈ ਤਾਂ ਜੋ ਇਹ ਨੀਤੀ ਛੇਤੀ ਤੋਂ ਛੇਤੀ ਲਾਗੂ ਕੀਤੀ ਜਾ ਸਕੇ ਜਲੰਧਰ ਦੇ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਰਾਸ਼ਟਰੀ ਸਿੱਖਿਆ ਨੀਤੀ ਨੂੰ ਸਿੱਖਿਆ ਦੇ ਖੇਤਰ ਵਿੱਚ ਇੱਕ ਅਹਿਮ ਪੜਾ ਦੱਸਿਆ ਤੇ ਉਹਨਾਂ ਪੰਜਾਬ ਦੇ ਸਰਬ ਹਿੱਤਕਾਰੀ ਵਿਦਿਆ ਮੰਦਿਰਾਂ ਤੇ ਹੋਰ ਸਕੂਲਾਂ ਦੇ ਵਿੱਚ ਬੱਚਿਆਂ ਲਈ ਚਲਾਈ ਗਈ ਪੰਜਾਬ ਸੁਪਰ 100 ਗਤੀਵਿਧੀ ਦੀ ਸ਼ਲਾਘਾ ਕਰਦੇ ਹਾਂ ਪ੍ਰਸ਼ਾਸਨ ਵੱਲੋਂ ਇਸ ਬਾਰੇ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। Rajasthan ਦੇ Vasudev Parja Prati ਵੱਲੋਂ ਲਿਖੀ ਗਈ ਗਣਿਤ ਦੀ ਖੋਜ ਕਿਤਾਬ ਦੀ ਵੀ ਗੁਰਨੇ ਚੁਕਾਈ ਕੀਤੀ ਗਈ। ਅੱਜ ਦੀ ਮੀਟਿੰਗ ਦੌਰਾਨ ਸਰਵਹਿੱਤਕਾਰੀ ਈ ਸਾਈਕਲ ਅਤੇ ਟੈਡੂਲ ਐਪ ਸਾਰਿਆਂ ਵੱਚਾਲੇ ਚਰਚਾ ਦੇ ਖੇਤਰ ਰਹੀ। ਗਵਰਨਮੈਂਟ ਈ ਮਾਰਕੀਟਪਲੇਸ ਜੀਈਐਮ ਯਾਨੀ ਜੰਪ ਪੋਰਟਲ ਦੀਆਂ ਨਵੀਆਂ ਵਿਸ਼ੇਸ਼ਤਾਵਾਂ ਅਤੇ ਕੰਮ ਕਰਨ ਦੀ ਸਮਰੱਥਾ ਬਾਰੇ ਜਾਗਰੂਕਤਾ ਪੈਦਾ ਕਰਨ ਦੇ ਮੰਤਵ ਨਾਲ 14 ਤੋਂ 23 ਸਤੰਬਰ ਤੱਕ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਵਿਕਰੇਤਾ ਸੰਵਾਦ ਅਭਿਆਨ ਸ਼ੁਰੂ ਕੀਤਾ ਗਿਆ ਹੈ। ਇਸੇ ਲੜੀ ਤਹਿਤ ਅਚੰਦਿਗੜ੍ਹ ਵਿੱਚ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇੱਕ ਰਿਪੋਰਟ ਆਰ ਸਰਕਾਰ ਨੇ ਜੀਈਐਮ ਯਾਨੀ ਜੈਮ ਪੋਰਟਲ ਰਾਹੀਂ ਸਰਕਾਰੀ ਵਿਭਾਗਾਂ ਵਿੱਚ ਵੱਖ-ਵੱਖ ਵਸਤਾਂ ਦੀ ਖਰੀਦ ਦੀ ਸਹੂਲਤ ਦਿੱਤੀ ਹੈ ਸਮੇਂ ਦੇ ਨਾਲ ਇਸ ਜੈਮ ਪੋਰਟਲ ਵਿੱਚ ਕਾਰੋਬਾਰੀਆਂ ਲਈ ਵੱਖ-ਵੱਖ ਵਿਸ਼ੇਸ਼ਤਾਵਾਂ ਸ਼ਾਮਲ ਕੀਤੀਆਂ ਗਈਆਂ ਨੇ ਇਸ ਦੀ ਜਾਣਕਾਰੀ ਪੋਰਟਲ ਨਾਲ ਜੁੜੇ ਕਾਰੋਬਾਰੀਆਂ ਨੂੰ ਦੇਣ ਲਈ ਦੇਸ਼ ਭਰ ਵਿੱਚ ਵਿਕਰੀਤਾ ਸੰਵਾਦ ਅਭਿਆਨ ਸ਼ੁਰੂ ਕੀਤਾ ਗਿਆ ਹੈ ਇਸੇ ਲੜੀ ਤਹਿਤ ਚੰਡੀਗੜ੍ਹ ਵਿੱਚ ਪੀਆਈਬੀ ਦੇ ਸਹਿਯੋਗ ਨਾਲ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ पी आई बी के वधी डी राजेंद्र चौधरी ने इस मुहिम के मंतव्य बारे जानकारी दी उद्देश्य बहुत सिंपल है कि जेम्स में जो सेलर्स हैं जो बिजनेसमैन हैं जो अपने प्रोडक्ट को गवर्नमेंट इलेक्ट्रॉनिक मार्केट प्लेस जेम्स में प्लेस कर रहे हैं उनकी समस्याओं को हम जान सकें उनका फीडबैक ले सकें और उस फीडबैक के बेसिस पे फिर अगर कोई पॉलिसी डिसीजन चेंजेस करने हैं या कोई कार्रवाई करनी है वो कर सकें तो ये जो संवाद है मुझे लगता है ये सारे

पहले हम सिर्फ ट्रेडर थे बट जेम की वजह से हम ओ रजिस्टर कर पाए अपना मैन्युफैक्चरिंग शुरू कर पाए हैं 2021 में हमने जेम पर अकाउंट बनाया था जनवरी में और जेम के थ्रू काफ़ी बिजनेस कर पाए डायरेक्ट ऑर्डर्स मिलने लगे जहां हम नहीं पहुंच सकते थे वहां से भी ऑर्डर मिला और हम ओवरऑल दो करोड़ का बिज़नेस सिर्फ जेम से कर पाए हैं पिछले साल में सो so, मैं बहुत ही धन्यवाद देना चाहूंगी जेम टीम को और हम भारत की सरकार को जिन्होंने ये इनिशिएटिव लिया और हमारे जैसे बिज़नेस ओनर्स के लिए ये फ़ायदा पहुँचाया गवर्नमेंट ने बहुत अच्छा शुरुआत करी और मैंने उसको यूज़ करके लास्ट टाइम अप्रॉक्स लैख टू फाइव लैख के बिज़नेस किए सिर्फ आई जी एस टी और डिफरेंट टाइप्स ऑफ सर्विसेज है ओनली सर्विसेज अब मैं धीरे धीरे देर उसको एक्सपेंड कर रहा हूँ प्रोडक्ट में भी डील करूँगा एक्चुअली मैं फार्मा uh, लाइन का मुझे नॉलेज है क्योंकि उधर ही मैंने काम किया है तब फार्मा के भी प्रोडक्ट को uh, मैं बद से मेरा एक रिक्वेस्ट है कि बीच बीच में इसी टाइप से जैसे आप लोगों का बहुत अच्छा ये मीडिया के तरफ से को पार्टनर में इन्होंने शुरू किया तो बहुत कुछ सीखने को मिला ਜਾਮ ਪੋਰਟਲ ਪ੍ਰਚਾਰ ਮੁਕਤ ਤੇ ਆਤਮ ਨਿਰਭਰ ਭਾਰਤ ਦੇ ਨਿਰਮਾਣ ਦਾ ਇੱਕ ਅਸਰਦਾਰ ਮਾਧਿਅਮ ਹੈ ਇਸ ਰਾਹੀਂ ਵਿਕਰੇਤਾ ਆਪਣੇ ਉਤਪਾਦਾਂ ਨੂੰ ਆਸਾਨੀ ਨਾਲ ਵੇਚ ਸਕਦੇ ਨੇ ਬਿਊਰੋ ਰਿਪੋਰਟ ਦੇ ਨਾਲ ਸ਼ਿਸ਼ੂ ਸ਼ਰਮਾ ਸ਼ਾਂਤਲ ਦੂਰਦਰਸ਼ਨ ਸਮਾਚਾਰ ਜਲੰਧਰ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਜੇਲ੍ਹ ਵਿੱਚ ਪੰਦ ਗੈਂਗਸਟਰ ਜੱਗੂ ਭਗਵਾਨ ਪੂਰੀਆ ਦੇ ਦੋ ਸਾਥੀ ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਹੈ डीजीपी गौरव यादव ने चंडीगढ़ ਵਿੱਚ ਦੱਸਿਆ ਕਿ ਮਨਦੀਪ ਉਫ ਮੰਨਾ ਤੂਫਾਨ ਅਤੇ ਮਨਪ੍ਰੀਤ ਉਫ ਮਨੀ ਰਈਆ ਤੇ ਕਤਲ ਅਤੇ ਕਤਲ ਦੇ ਯਤਨ ਦੇ ਕਈ ਮਾਮਲੇ ਦਰਜ ਨੇ ਇਹਨਾਂ ਦੋਹਾਂ ਦੀ ਗ੍ਰਿਫਤਾਰੀ ਇੱਕ ਖੁਫੀਆ ਸੂਚਨਾ ਦੇ ਆਧਾਰ 'ਤੇ ਅੰਮ੍ਰਿਤਸਰ ਵਿੱਚ ਕੀਤੀ ਗਈ ਹੈ। ਉਹ ایਜੀਟੀਐਫ ਦੀ ਟੀਮ ਨੇ ਦੋ ਗੈਂਗਸਟਰ ਮਨਦੀਪ ਤੂਫਾਨ ਤੇ ਮਨੀ ਰਈਆ ਨੂੰ ਅੰਮ੍ਰਿਤਸਰ ਦੇ ਵਿੱਚ ਇੱਕ ਇੰਟੈਲੀਜੈਂਸ ਬੇਸਡ ਆਪਰੇਸ਼ਨ ਤੇ ਤਹਿਤ ਗ੍ਰਿਫਤਾਰ ਕੀਤਾ ਇਹ ਦੋਵੇਂ ਜਿਹੜੇ ਗੈਂਗਸਟਰ ਸੀਗੇ ਜੱਗੂ ਭਗਵਾਨਪੁਰੀਆ ਗੈਂਗ ਨਾਲ ਲਿੰਕ ਸੀਗੇ ਤੇ ਕਈ ਕਰਾਈਮਸ ਤੇ ਮਰਡਰਸ ਦੇ ਵਿੱਚ ਵਾਂਟਡ ਸੀਗੇ ਇਨ੍ਹਾਂ ਇਨ੍ਹਾਂ ਦੀ ਤਾਰਾ ਦੀਪਕ ਤੇ ਦਿਵਿਆਂਸ਼ੂ ਜਿਹੜੇ ਆਰਪੀਜੀ ਅਟੈਕ ਦੇ ਵਿੱਚ ਵਾਂਟਡ ਹੈਗੇ ਨਾਲ ਜੁੜਿਆ ਸੀ ਕਿ ਇਹ ਸਾਰੇ ਇਕੱਠੇ ਰਾਣਾ ਕੰਦੋਵਾਲੀਆ ਦੇ ਮਰਡਰ ਦੇ ਵਿੱਚ ਇਨਵੋਲਵ ਸੀਗੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਵੱਲੋਂ ਜਲੰਧਰ ਵਿੱਚ ਅੱਜ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਦੌਰਾਨ ਪੈਨਸ਼ਨਰਾਂ ਦੀਆਂ ਪੈਨਸ਼ਨ ਸੰਬੰਧੀ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ ਇਸ ਮੌਕੇ ਉਪ ਮੁੱਖ ਇੰਜੀਨੀਅਰ ਸੁਖਵਿੰਦਰ ਸਿੰਘ ਨੇ ਕਿਹਾ ਕਿ ਪੈਨਸ਼ਨਰਾਂ ਦੇ ਮਾਮਲਿਆਂ ਦੇ ਨਿਪਟਾਰਨ ਦੇ ਨਾਲ-ਨਾਲ ਇਸ ਸਾਲ 1 ਜੁਲਾਈ ਤੋਂ 30 ਜੂਨ 2023 ਵਿਚਾਲੇ ਰਿਟਾਇਰ ਹੋਣ ਵਾਲੇ ਤਕਰੀਬਨ 2300 ਮੁਲਾਜ਼ਮਾਂ ਨਾਲ ਜੁੜੇ ਪੈਨਸ਼ਨ ਦੇ ਮਾਮਲਿਆਂ ਤੇ ਵੀ ਵਿਚਾਰ ਕੀਤਾ ਗਿਆ ਤਾਂ ਜੋ ਉਹਨਾਂ ਨੂੰ ਰਿਟਾਇਰਮੈਂਟ ਦੇ ਲਾਭ ਸਮੇਂ ਸਿਰ ਮਿਲਣ ਮਿਲਨੇ ਯਕੀਨੀ ਹੋ ਸਕੇ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੈਨਸ਼ਨਰਾਂ ਦੀ ਸਹੂਲਤ ਲਈ ਕਾਰਪੋਰੇਸ਼ਨ ਨੇ ਇੱਕ ਪੈਨਸ਼ਨ ਹੈਲਪਲਾਈਨ ਦੀ ਸਥਾਪਨਾ ਵੀ ਕੀਤੀ ਹੈ ਖਬਰਾਂ ਦੇ ਬੁਲੇਟਿਨ ਸਾਡੇ ਦਰਸ਼ਕ RNU DDG ਜਲੰਧਰ ਦੇ YouTube ਚੈਨਲ Facebook ਪੇਜ ਅਤੇ Twitter ਹੈਂਡਲ ਤੇ ਵੀ ਵੇਖ ਸਕਦੇ ਨੇ ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ ਜਸਤਿਓ ਨਮਸਕਾਰ